ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਪਰਮੇਸ਼ ਸ਼ੋਕਰ ਟੈਕਨੋਲੋਜੀ, ਮੈਂ ਜਰਮਨੀ ਤੋਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀ ਮੇਰੀ ਵੀਡੀਓ ਦੇਖਦੇ ਨੇ। ਬਹੁਤ ਬਹੁਤ ਸ਼ੁਕਰੀਆ ਭਾਈ ਲਾਲੀ ਹੋਣਾ ਦਾ, ਰਾਜਪੁਰੇ ਤੋਂ ਤਰਨ ਤਾਰਨ ਤੋਂ ਅਵਤਾਰ ਸਿੰਘ ਦਾ, ਅਤੇ ਇੱਧਰੋਂ ਅਨੰਦਪੁਰ ਸਾਹਿਬ ਤੋਂ ਬਹੁਤ ਮੁੰਡੇ ਨਾਲ ਜੁੜੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ। ਪਹਿਲੀ ਗੱਲ ਇੱਦਾਂ, ਜਿਹੜਾ ਟ੍ਰੇਨ ਦਾ ਹਾਦਸਾ ਹੋਇਆ ਨਾ ਅੰਮ੍ਰਿਤਸਰ ਦੇ ਵਿੱਚ, ਮੈਨੂੰ ਬਹੁਤ ਜਾਣੀ ਕਿ ਦੁੱਖ ਹੋਇਆ, ਹੋਣਾ ਚਾਹੀਦਾ ਨਹੀਂ ਸੀਗਾ। ਮੈਂ ਪਹਿਲਾਂ ਵੀਡੀਓ ਪਾ ਚੁੱਕਾ ਸੀਗਾ ਵੀ ਸਾਡੇ ਪੰਜਾਬੀਆਂ ਨੂੰ ਖਾਣ ਦਾ ਨਹੀਂ ਗਾ ਪਤਾ, ਕਿੱਥੇ ਕਿੱਥੇ ਖਾਣਾ ਕਿੱਥੇ ਨਹੀਂ। ਫਿਰ ਸਿੱਧੂ ਸਾਹਿਬ ਦਾ ਕਸੂਰ ਕੱਢੀ ਜਾਂਦੇ ਆ ਵੀ ਸਿੱਧੂ ਸਾਹਿਬ ਗੱਡੀ ਨੂੰ ਹਰੀ ਝੰਡੀ ਦਿੰਦਾ ਸੀ ਜਾਂ ਉਹ ਟ੍ਰੇਨ ਚਲਾਉਂਦਾ ਸੀਗਾ, ਉਹਦਾ ਕਿਆ ਕਸੂਰ ਆ ਸਿੱਧੂ ਸਾਹਿਬ ਦਾ? ਉੱਤੇ ਕਹਿੰਦੇ ਵੀ ਇਹਦੀ ਗਲਤੀ ਆ। ਦੱਸੋ ਇੱਦਾਂ ਦੇ ਬੰਦੇ ਆ, ਉਹਦੀ ਕੀ ਗਲਤੀ ਆ? ਠੀਕ ਹੈ, ਫਿਰ ਮੈਂ ਕਿਹਾ ਮੈਨੂੰ ਕਿਸੇ ਬੰਦੇ ਨੇ ਗਾਲ ਨਹੀਂ ਕੱਢਣੀ, ਜਿਹਨੇ ਮੈਨੂੰ ਗਾਲ ਕੱਢਣੀ ਆ ਉੱਦਾਂ ਦਾ ਜਵਾਬ ਉਸੇ ਤਰ੍ਹਾਂ ਦਾ ਮਿਲੂਗਾ ਉਹਨੂੰ, ਮੇਰੇ ਬੰਦੇ ਦੇ ਰਹੇ ਆ, ਕੋਈ ਚੱਕਰ ਨਹੀਂਗਾ ਹੈਗਾ। ਅਤੇ ਜਿਹੜੇ ਬੰਦੇ ਮੈਨੂੰ ਗਾਲਾਂ ਕੱਢਦੇ ਨੇ ਨਾ, ਉਹਨਾਂ ਲਈ ਸਪੈਸ਼ਲ ਮੈਂ ਹੁਣ ਇੱਦਾਂ ਦੀ ਵੀਡੀਓ ਬਣਾਈ ਆ, ਚੇਤੇ ਕਰੂੰਗੇ ਤੁਸੀਂ। ਚੱਕੀ ਦਾ ਤੁਸੀਂ ਆਟਾ ਹੈ ਨਾ 2 ਕਿਲੋ ਉਧਾਰ ਲੈਣਾ, ਤਾਂ ਚੱਕੀ ਵਾਲੇ ਦੀਆਂ ਮਿਹਨਤਾਂ ਕਰਦੇ 2-3 ਘੰਟੇ ਪਹਿਲਾਂ ਜਾ ਕੇ, ਤਾਂ 2 ਕਿਲੋ ਆਟਾ ਤੁਹਾਨੂੰ ਦਿੰਦਾ ਉਹ ਚੱਕੀ ਵਾਲਾ। ਪਾਊਡਰ ਖਾ ਖਾ ਕੇ ਤੁਸੀਂ ਡੋਲੇ ਬਣਾਏ ਵਾ, ਹੈਂ ਮੈਨੂੰ 10 ਗਰਾਡ ਦੇ ਵਿੱਚ ਤੁਸੀਂ ਟਾਇਰ ਨੂੰ ਅੱਗ ਲਾ ਕੇ ਧੂਣੀਆਂ ਸੇਕਦੇ ਆ, ਨਾ ਤੁਹਾਨੂੰ ਪਤਾ ਲੱਗਦਾ ਕਿੱਥੇ ਖੜਨਾ ਕਿੱਥੇ ਨਹੀਂ, ਫਿਰ ਉੱਥੇ ਦੁਰਘਟਨਾ ਹੋ ਜਾਂਦੀ ਆ। ਹੈਂ ਬਈਆਂ ਤਾਂ ਤੁਸੀਂ ਸੈਕਟਾਂ ਮੰਗ ਮੰਗ ਕੇ ਪੀਂਦੇ ਲੁਧਿਆਣੇ ਦੇ ਵਿੱਚ, ਬਈਆਂ ਤੋਂ ਬੀੜੀ ਦੇ ਸੈਕਟ ਦੇ, ਬਈਆਂ ਤੋਂ ਸੈਕਟਾਂ ਮੰਗਦਾ ਔਰ ਬਈਆਂ ਨਾਲ ਆਧਾਰ ਕਰਦੇ ਆ ਸਬਜ਼ੀ ਦਾ। ਹੈਂ ਕੰਮ ਤੁਸੀਂ ਕਰਦੇ ਨੇ ਬਈਏ ਚੰਗੇ ਜਿਹੜੇ ਇੱਥੇ ਆਣ ਕੇ ਕੰਮ ਕਰਦੇ ਆ ਸਾਡੇ, ਤੁਸੀਂ ਤਾਂ ਵਿਹਲੇ ਮੋੜਾਂ ਦੇ ਖੰਡ ਵਾਲੇ ਆ, ਹੋਰ ਤਾਂ ਕੋਈ ਕੰਮ ਹੀ ਨਹੀਂ ਗਾ ਹੈਗਾ। ਠੀਕ ਹੈ ਜੀ, ਅਨੰਦਪੁਰ ਸਾਹਿਬ ਦੇ ਮੁੰਡਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਰਿਸਪੈਕਟ ਕਰਦਾ, ਉੱਥੇ ਸਰਪੰਚਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਉਹਨਾਂ ਬੰਦਿਆਂ ਦਾ, ਉਹਨਾਂ ਸਪੈਸ਼ਲ ਕਿਹਾ ਸੀ ਸਾਡਾ ਨਾਂ ਲਈ। ਅਨੰਦਪੁਰ ਸਾਹਿਬ ਤੋਂ ਮੈਨੂੰ ਚੇਤਾ, ਇੱਕ ਵਾਰੀ ਬੱਸ ਦੇ ਵਿੱਚ ਮੈਂ ਬੈਠਾ ਤਾਂ ਮੁੰਡਾ ਕਹਿੰਦਾ ਕੰਡਕਟਰ ਨੂੰ, ਮੈਨੂੰ ਟਿਕਟ ਅਨੰਦਪੁਰ ਦੀ ਦੇਖ, ਕੰਡਕਟਰ ਥੱਪੜ ਮਾਰਿਆ ਗਿੱਚੀ ਵਿੱਚ, ਕਹਿੰਦਾ ਅਨੰਦਪੁਰ ਸਾਹਿਬ ਕਹਿ ਹੋਏ। ਦੂਜੇ ਮੁੰਡੇ ਨੂੰ ਪੁੱਛਿਆ ਤੂੰ ਕਿੱਥੇ ਜਾਣਾ, ਮੈਂ ਰੋਪੜ ਸਾਹਿਬ, ਇੱਕ ਉਹਦੇ ਗਿੱਚੀ ਸਿੱਟਿਆ ਸਾਰਿਆ ਰੋਪੜ ਕਾਤੋਂ ਸਾਹਿਬ ਹੋ ਗਿਆ। ਤੁਹਾਨੂੰ ਤਾਂ ਹਜੇ ਸ਼ਹਿਰਾਂ ਦੇ ਨਾਵਾਂ ਦਾ ਹੀ ਨਹੀਂ ਪਤਾ ਲੱਗਦਾ ਵੀ ਕਹਿਣਾ ਕੀ ਆ ਕੀ ਨਹੀਂ ਕਹਿਣਾ। ਫਿਰ ਇੱਥੇ ਅੰਨੇ ਜਿਹੜੇ ਬੰਦੇ ਨੇ, ਅੰਨੀਆਂ ਗੋਰੀਆਂ ਨੇ, ਉਹਨਾਂ ਦੇ ਕੁੱਤੇ ਉਹਨੂੰ ਰੋਡ ਕਰੋਸ ਕਰਾਉਂਦੇ ਨੇ ਬਟਨ ਦੱਬ ਕੇ, ਅਤੇ ਤੁਸੀਂ 40 ਸਾਲਾਂ ਦੇ ਮਾਮੋ ਲਾਲ ਲਾਈਟ ਵਿੱਚ ਦੀ ਨਾ ਕੇ ਫੱਟੜ ਹੋ ਜਾਂਦੇ ਆ, ਇੱਥੇ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਬਟਨ ਦੱਬਣਾ ਕਿਹੜਾ ਨਹੀਂ ਦੱਬਣਾ। ਫਿਰ ਇੱਥੇ ਅੰਗਰੇਜ਼ ਦਾ ਜਿਹੜਾ ਨਿਆਣਾ 5 ਸਾਲ ਆ ਤੁਹਾਡਾ, 8 ਸਾਲ ਆ, ਦੋਨਾਂ ਨੂੰ ਕੁਰਸੀਆਂ ਦੇ ਉੱਤੇ ਬਹਾਲ ਦਿਓ, ਤੁਸੀਂ ਆਪਣੇ ਨਿਆਣੇ ਨੂੰ ਸੰਗਲੀ ਨਾਲ ਬੰਨ ਦਿਓ, 15 ਮਿੰਟਾਂ ਵਿੱਚ ਤੁਹਾਡੇ ਸਾਹਮਣੇ ਸੰਗਲੀਆਂ ਸੁੰਗਲੀਆਂ ਖੋਲ੍ਹ ਕੇ ਲਾਪਤਾ ਹੋ ਜਾਂਦਾ। ਪਿੰਡ ਦੇ ਦੂਜੇ ਪਾਸੇ ਮਰੂਦ 'ਤੇ ਚੜ੍ਹ ਕੇ ਨਾ ਮਰੂਦ ਤੋੜਨ ਗਿਆ, ਉੱਥੋਂ ਡਹਿ ਕੇ ਸੱਟਾਂ ਲਵਾ ਕੇ 4 ਕੁ ਮਖੀਲ ਦੀਆਂ ਮੱਖੀਆਂ ਲੜਾ ਕੇ ਰੋਂਦਾ ਆਊਗਾ। ਅੰਗਰੇਜ਼ ਦੇ ਨਿਆਣੇ ਨੂੰ ਉੱਥੋਂ ਹੀ ਚੱਕ ਲਓ, 8 ਘੰਟਾ ਮੈਂ ਉੱਥੇ ਬੈਠਾ ਰਹੂਗਾ, ਇੰਨੀ ਅਕਲ ਵਾ ਤੁਹਾਨੂੰ। ਫਿਰ ਆ ਕਨੇਡਾ ਵਿੱਚ ਦੇਖ ਲਓ, 70-70 ਸਾਲ ਦੇ ਬੁੜੇ ਹਜੇ ਵੀ ਆਪਣੇ ਪੋਤਿਆਂ ਨੂੰ ਦੱਸੀ ਜਾਂਦੇ ਆ ਅਸੀਂ ਜੱਟ ਹੁੰਦੇ ਹਾਂ, ਆਹ ਫਲਾਨਾ ਆਹ ਹੁੰਦਾ ਆਹ ਹੁੰਦਾ। ਉਹ ਬੇਕੂਫੋ, ਤੁਸੀਂ ਕਨੇਡਾ ਦੇ ਵਿੱਚ ਰਹਿੰਦੇ ਆ, ਨੈਸ਼ਨੈਲਿਟੀ ਕਨੇਡੀਅਨ ਹੋ ਤੁਹਾਡੇ ਕੋਲ, ਅਮੈਰੀਕਨ ਆ, ਬ੍ਰਿਟਿਸ਼ ਆ, ਜਰਮਨੀ ਆ, ਜਦੋਂ ਨੈਸ਼ਨੈਲਿਟੀ ਦਿੰਦੇ ਆ ਤੁਹਾਨੂੰ ਇਹ ਕਹਿੰਦੇ ਹੁਣ ਤੁਸੀਂ ਇਸ ਕੰਟਰੀ ਦੇ ਵਸਿੰਦੇ ਆ, ਕੋਈ ਜੱਟ ਨਹੀਂ ਰਿਹਾ, ਕੋਈ ਕੁਛ ਨਹੀਂ ਰਿਹਾ। ਹਜੇ ਤੱਕ 200 ਸਾਲ ਪੁਰਾਣੀ ਸੋਚ ਸੋਚੀ ਜਾਂਦੇ ਆ ਵੀ ਅਸੀਂ ਆਹ ਹੁੰਦੇ ਹਾਂ, ਅਸੀਂ ਆਹ ਹੁੰਦੇ ਹਾਂ। ਉਹਨਾਂ ਨੂੰ ਕੁਛ ਸਮਝਾਓ ਵੀ ਅਸੀਂ ਇਨਸਾਨ ਹੈ, ਇੱਕੋ ਹੀ ਇਨਸਾਨ ਹੈ, ਇੰਡੀਆ ਤੋਂ ਆਏ ਹਾਂ, ਇੱਕੋ ਹੀ ਹਾਂ। ਇੱਦਾਂ ਦੀਆਂ ਉਧਾਰਨਾ ਨਾ ਦੇਵੋ, ਆਪਣੇ ਨਿਆਣਿਆਂ ਨੂੰ ਨਾ ਦੇਵੋ ਹੈਂ ਅਸੀਂ ਆਹ ਹੁੰਦੇ ਹਾਂ, ਇਹ ਆਹ ਹੁੰਦੇ ਆ। ਹਜੇ ਤੱਕ ਸੋਚ ਨਹੀਂ ਗਈ, ਜਦੋਂ ਨੈਸ਼ਨੈਲਿਟੀ ਮਿਲ ਗਈ ਆ ਤੁਸੀਂ ਕੈਨੇਡੀਅਨ ਬਣ ਗਏ ਆ, ਉਸ ਟਾਈਮ ਦੇ ਉੱਤੇ ਉਹ ਅਮੈਰੀਕਨ ਬਣ ਗਏ ਆ, ਅਸੀਂ ਜਰਮਨੀਏ ਬਣ ਗਏ ਆ। ਕਿਹੜੇ ਜੱਟ ਜੁੱਟ ਰਹਿ ਗਏ ਇੱਥੇ, ਹੋਏ ਕੌਣ ਆ ਜੱਟ ਜੁੱਟ? ਬਿਨਾਂ ਹੀ ਗੱਲ ਤੋਂ ਅਸੀਂ ਕੀ ਚੰਗੇ ਕੀ ਹਾਂ? ਤੁਹਾਡੇ ਨਾਲੋਂ ਕੰਮ ਉਹ ਜ਼ਿਆਦਾ ਕਰਦੇ, ਉਹਨਾਂ ਨੂੰ ਨੌਲੇਜ ਹੈ ਕੰਮ ਕਰਨ ਦਾ, ਸਾਰਾ ਪਤਾ ਤੌਰ ਤਰੀਕੇ ਦਾ। ਇਹ ਛੱਡ ਦਿਓ, ਇਹ ਕਦੋਂ ਛੱਡਣੀ ਹੈ ਜਾਤ ਪਾਤ? ਤਾਂਹੀਓ ਤਾਂ ਅਸੀਂ ਤਰੱਕੀ ਨਹੀਂ ਕਰਦੇ, ਜਦ ਜਾਤ ਪਾਤ ਨਹੀਂ ਛੱਡਣੀ ਤਰੱਕੀ ਕਦੋਂ ਕਰਨੀ ਅਸੀਂ? ਫਿਰ ਤੁਸੀਂ ਟਰਾਂਸਫਾਰਮ ਦੇ ਉੱਤੇ ਚੜ੍ਹਦੇ ਹਾਂ, ਸ਼ਰਾਬ ਪੀ ਕੇ ਫਿਊਜ਼ ਉੜਿਆ ਲਾਉਣ ਚਲੇ ਜਾਂਦੇ ਹਾਂ, ਕਾਫ ਟੰਗਰ ਲੱਗਦੇ ਆ, ਤਾਰ ਦੇ ਨਾਲ ਹੱਥ ਲੱਗਦਾ, ਪਟਕਾ ਕਰਦੀ ਥੱਲੇ ਡਿੱਗਦੇ ਹਾਂ, ਬਾਂਹ ਟੁੱਟ ਜਾਂਦੀ ਆ। ਫਿਰ ਬਾਜੀਕਰਾਂ ਕੋਲ ਚਲੇ ਜਾਂਦੇ ਹੋ, ਬਿੰਗਾ ਜਿਹਾ ਜੋੜ ਲਾ ਕੇ ਸਾਰੀ ਜ਼ਿੰਦਗੀ ਟੁੰਡਾ ਜਿਹਾ ਲੈ ਕੇ ਫਿਰਦੇ ਆ, ਕਿਸੇ ਚੰਗੇ ਡਾਕਟਰ ਕੋਲ ਨਹੀਂ ਗਾ ਜਾਣਾ ਤੁਸੀਂ ਹੈਗਾ, ਤੁਹਾਨੂੰ ਬਿਲਕੁਲ ਅਕਲ ਹੀ ਹੈ ਨਹੀਂ ਗੀ ਹੈ। ਫਿਰ ਨਰਸਾਂ ਦੇਖ ਲਓ, ਇੱਥੇ ਦੀਆਂ ਨਰਸਾਂ, ਇੱਥੇ ਦੀਆਂ ਨਰਸਾਂ, ਇੱਥੇ ਨਰਸਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਆ। ਇੱਥੇ ਨਰਸਾਂ ਹੋਸਪਿਟਲ ਵਿੱਚ ਸਾਨੂੰ ਪੁੱਛਦੀਆਂ ਕੀ ਪ੍ਰੋਬਲਮ ਆ, ਇਲਾਜ ਕਿੱਦਾਂ ਕਰਨਾ, ਕੀ ਕੌਣ ਕੌਣ ਫੈਮਿਲੀ ਵਿੱਚ ਰਹਿੰਦਾ, ਕੌਣ ਕੌਣ ਨਹੀਂ ਰਹਿੰਦਾ,
ਹੈ ਸਾਰਾ ਕੁਛ ਪੁੱਛਦੀਆਂ, ਸਾਨੂੰ ਮਹਿਸੂਸ ਨਹੀਂ ਹੋਣ ਦਿੰਦੀਆਂ ਅਸੀਂ ਉਹਨਾਂ ਦੇ ਘਰ ਦੇ ਮੈਂਬਰ ਕੌਣ ਵਾ। ਤੁਹਾਡੀਆਂ ਨਰਸਾਂ ਦੇਖ ਲਓ, ਡਾਕਟਰ ਜੋ ਕਹਿੰਦਾ ਉਨਾ ਹੀ ਕੰਮ ਕਰਦੀਆਂ, ਉਹ ਕਹਿੰਦਾ ਉਹਦੇ ਟੀਕਾ ਉੱਥੇ ਡੋਲੇ 'ਚ ਲਾਇਆ, ਉਹ ਕਹਿੰਦਾ ਉਹਦੇ ਟੀਕਾ ਪੜਪੜੇ 'ਚ ਲਾਇਆ, ਇੰਨਾ ਹੀ ਲਾ ਕੇ ਆਉਂਦੀਆਂ। ਜੋ ਟੀਕਾ ਲਾ ਕੇ ਆਉਂਦੀਆਂ, ਇੱਕ ਹੱਥ ਨਾਲ ਹੈਂਡੀ ਫੜਿਆ ਹੁੰਦਾ, ਦੂਜੇ ਨਾਲ ਟੀਕਾ ਲੱਗੀ ਉਹ ਲਾਉਣ, ਆਹ ਨਰਸਾਂ ਦਾ ਹਾਲ ਵਾ। ਫਿਰ ਤੁਸੀਂ ਆਪਣੀ ਜਨਾਨੀ ਦੀ ਹੈਲਪ ਨਹੀਂ ਕਰਾਉਣੀ ਕਿਚਨ ਦੇ ਵਿੱਚ, ਤੁਹਾਨੂੰ ਕੋਈ ਆਉਂਦਾ ਹੀ ਨਿਗਾਹ ਕਰਨਾ ਹੈਗਾ। ਉਹ ਜਨਾਨੀ ਵਿਆਹ ਕੇ ਲੈ ਆਉਂਦੀ, ਇੱਦਾਂ ਲਾ ਦੇ ਜਿੱਦਾਂ ਪੂਰੀ ਜ਼ਿੰਦਗੀ ਲਾਈਫ ਅਸੀਂ ਇਹਨੂੰ ਮੁੱਲ ਹੀ ਖਰੀਦ ਕੇ ਲਿਆਂਦਾ ਹੁੰਦਾ ਆ, ਉਹ ਤੋਂ ਸਾਰਾ ਕੰਮ ਘਰ ਦਾ ਕਰਾਉਂਦਾ। ਪੰਜਾਂ ਜਾਣਿਆਂ ਦੀ ਉਹਨੇ ਰੋਟੀ ਬਣਾਉਣੀ ਆ, ਵੀ ਤੁਸੀਂ ਨਾਲ ਲਸਣ ਕੱਟ ਦਿਓ, ਪਿਆਜ਼ ਕੱਟ ਦਿਓ, ਧਨੀਆ ਕੱਟ ਦਿਓ, ਕੋਈ ਉਹਦੀ ਹੈਲਪ ਕਰਾ ਦਿਓ, ਭਾਂਡੇ ਮਾਰ ਦਿਓ। ਪੰਜ ਜਾਣੇ ਚੌਣਾ ਜਾਂ ਵਿਹਲਾ ਹੀ ਰੋਟੀ ਖਾਈ ਜਾਂਦਾ, ਉਹਦੇ ਸਿਰ 'ਤੇ ਰਹਿੰਦੇ ਆ, ਚੁੱਪ ਕਰਕੇ ਜਾਂ ਬਾਅਦ ਤੋਂ ਬਾਅਦ ਆਪਣੇ ਘਰ ਵਾਲੀ ਦਾ ਟੈਲੀਫੋਨ ਚੱਕ ਕੇ ਮੈਸੇਜ ਚੈੱਕ ਲਾ ਪੈਂਦੇ ਕਰਨ, ਕਿਹੜੀ ਕਿਹੜੀ ਜਨਾਨੀ ਦਾ ਨਿਰਮਲਾ ਦਾ ਹੈ, ਹਾਏ ਕੀ ਕਹਿੰਦੀ ਆ ਇਹ, ਉਹਦੇ ਚੱਕ ਕੇ ਸੁਣ ਲੱਗ ਪੈਂਦੇ ਸਾਰੇ। ਆਪਣੇ ਤੁਸੀਂ ਬਾਹਰੋਂ ਡਿਲੀਟ ਕਰਕੇ ਆ ਜਾਂਦੇ ਆ ਵੀ ਘਰ ਵਾਲੀ ਮੇਰਾ ਫੋਨ ਨਾ ਫੜ ਲਵੇ। ਫਿਰ ਤੁਹਾਨੂੰ ਕੋਈ ਜਨਾਨੀ ਸ਼ਹਿਰ ਦੇ ਵਿੱਚ ਮਿਲੀ, ਉਹ ਵਿਚਾਰੀ ਦੇ ਪੈਸੇ ਪੂਸੇ ਘਰ ਰਹਿ ਗਏ, ਉਹਨੇ ਪੁੱਛਿਆ ਮੈਨੂੰ 5-4 ਹਜ਼ਾਰ ਰੁਪਈਆ ਦਿਓ, ਮੈਂ ਕੱਪੜੇ ਦੀ ਦੁਕਾਨ ਦੇ ਵਿੱਚੋਂ ਕੋਈ ਸਮਾਨ ਲੈਣਾ ਭੁੱਲ ਗਿਆ। ਫਿਰ ਪੈਸੇ ਵੀ ਉਹਨੂੰ ਦੇ ਦਿੰਦੇ ਆ, ਹਾਏ ਹੁਣ ਤੂੰ ਦੱਸੀ ਨਾ ਕਿਸੇ ਨੂੰ ਵੀ ਤੂੰ ਪੈਸੇ ਲਏ, ਉਹਨੇ ਤੇਰੇ ਕੋਲ ਦੱਸਣ ਦਾ ਕੀ ਕੰਮ ਆ, ਹੈ ਪੈਸੇ ਨੂੰ ਚੁੱਪ ਕਰਕੇ ਦੇ ਦੇ। ਏਟੀਐਮ ਵੀ ਆਪਣੇ ਪੂਰੇ ਦੇ ਦਿੰਦੇ ਆ, ਲੈ ਲਓ ਜੀ ਕੋਈ ਗੱਲ ਨਹੀਂ, ਹੈ ਆਪਣੇ ਘਰ ਵਾਲੀ ਦੀ ਕੇਅਰ ਨਹੀਂ ਕਰਦੇ, ਬਾਹਰ ਇਹਨਾਂ ਨੂੰ ਬੜੀ ਕੇਅਰ ਕਰਨੀ ਆਉਂਦੀ ਆ। ਫਿਰ ਮੋਟਰਸਾਈਕਲ ਚੱਕ ਕੇ ਜਾਂਦੇ ਘਰ ਆਰਾਮ ਦੇ ਨਾਲ, ਹੈ ਨਾ ਗੇਟ ਖੋਲਦਾ ਵੀ ਜਨਾਨੀ ਤਾਂ ਨਹੀਂ ਮੇਰੇ ਵੱਲ ਨੂੰ ਜਦੋਂ ਦੇਖੂਗੀ। ਜਨਾਨੀ ਜਦੋਂ ਦੇਖਦੇ ਆ ਮੋਟਰਸਾਈਕਲ ਸਿੱਟ ਦਿੰਦਾ, ਜ਼ੋਰ ਦੀ ਨਹੀਂ ਸਿੱਟਦਾ, ਹੌਲੀ ਚਾਰੇ ਸਿੱਟਦਾ। ਘਰ ਵਾਲੀ ਭਾਈ ਹਾਏ ਹਾਏ ਕੀ ਹੋ ਗਿਆ, ਮੋਟਰਸਾਈਕਲ ਕਾਹਦੇ ਸਿੱਟਦੇ ਆ। ਉਹਨੂੰ ਕਹਿੰਦਾ ਮੇਰੇ ਨਾਲ ਹੀ ਆਹ ਕੁਛ ਹੋਣਾ ਸੀ ਜੋ ਹੋਇਆ, ਹਾਏ ਹਾਏ ਕੀ ਹੋ ਗਿਆ, ਮੇਰਾ ਬਟੂਆ ਹੀ ਡਿੱਗ ਪਿਆ। ਲੈ ਉਹ ਕਹਿੰਦੀ ਚੱਲ ਕੋਈ ਗੱਲ ਨਹੀਂ, ਜੇ ਬਟੂਆ ਡਿੱਗ ਪਿਆ ਮੈਂ ਕੰਨ ਦੀ ਬਾਲੀ ਵੇਚ ਦਿੰਦੀ ਹਾਂ, ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹ ਪੂਰਾ ਕਰ ਲਓ। ਹੈ ਕੰਨ ਦੀ ਬਾਲੀ ਦੇਣ ਨੂੰ ਤਿਆਰ ਵਾ, ਤੂੰ ਫਿਕਰ ਨਾ ਕਰ, ਅਗਲੇ ਮਹੀਨੇ ਦੂਜੀ ਵੀ ਵਿਕ ਜਾਣੀ ਤੇਰੀ ਬਾਲੀ। ਤੁਹਾਨੂੰ ਕੋਈ ਸੋਚ ਨਹੀਂ ਹੈਗੀ, ਮੈਂ ਇੱਦਾਂ ਕਰਦਾ ਇੰਡੀਆ ਦੇ ਵਿੱਚ 10-10 ਗ੍ਰਾਮ 10 ਤੋਲੇ ਸੋਨਾ ਲੈ ਕੇ ਆਵਾਂਗਾ, ਬੱਸ ਵਿੱਚ ਬੈਠਾਂਗਾ, ਇਕੱਲਾ ਇਕੱਲਾ ਤੋਲਾ ਵੇਚੂੰਗਾ ਬੱਸ ਖੜਕਾ ਕੇ। ਮੈਂ ਕਹੂੰਗਾ 1 ਤੋਲਾ 5,000 ਰੁਪਏ ਦੇ ਵਿੱਚ ਓਰੀਜਨਲ ਹੋਊਗਾ, ਸੁਨਿਆਰਾ ਵੀ ਨਾਲ ਬੈਠਾ ਹੋਊਗਾ, ਪੁਲਿਸ ਵਾਲਾ ਵੀ ਨਾਲ ਬਹਾਲ ਲਵਾਂਗੇ, ਓਰੀਜਨਲ ਸੋਨਾ ਹੋਵੇਗਾ। 5-5 ਹਜ਼ਾਰ ਦਾ ਲੈ ਲਓ, ਕਿਉਂਕਿ 30-35 ਹਜ਼ਾਰ ਰੁਪਈਆ ਰੇਟ ਚੱਲਦਾ ਹੈ ਨਾ, ਮੈਂ 5 ਦਾ ਦੇਣਾ ਓਰੀਜਨਲ। ਤੁਸੀਂ 5 ਦਾ ਕਿਸੇ ਨੇ ਨਹੀਂ ਲੈਣਾ, ਤੁਹਾਨੂੰ ਸੋਨੇ ਦੀ ਪਰਖ ਹੀ ਕੋਈ ਨਹੀਂ ਕੀ, ਤੁਹਾਨੂੰ ਬੰਦੇ ਦੀ ਪਰਖ ਹੀ ਕੋਈ ਨਹੀਂ ਕੀ, ਤੁਸੀਂ ਲੈ ਹੀ ਨਹੀਂ ਸਕਦੇ। ਮੈਨੂੰ ਲੱਗਦਾ ਤਿੰਨਾਂ ਨੇ ਜੁੱਤ ਪਤਾਣ ਹੋ ਕੇ ਥੱਲੇ ਉਤਰੇ ਆਉਣਾ, ਕਿਉਂਕਿ ਤੁਸੀਂ ਕਹਿੰਦਾ ਜੰਗ ਜੁੰਗ ਜਿਹਾ ਲਾ ਕੇ ਰੰਗ ਰੁੰਗ ਕਰਕੇ ਵੇਚਿਆ ਹੋਣਾ, ਠੀਕ ਆ, ਹੋਊਗਾ ਅਸਲੀ, ਤੁਸੀਂ ਲੈ ਹੀ ਨਹੀਂ ਸਕਦੇ, ਛਿੱਤਰ ਪਤਾਣ ਹੋ ਕੇ ਨਿਕਲਾਂਗੇ ਬਾਹਰ। ਤੁਹਾਨੂੰ ਪਤਾ ਹੀ ਹੈ ਨੀਗਾ, ਨਾ ਤੁਹਾਨੂੰ ਕੋਈ ਬੰਦੇ ਦੀ ਪਰਖ ਵਾ, ਨਾ ਤੁਹਾਨੂੰ ਕੋਈ ਬੋਲਣ ਦਾ ਪਤਾ, ਬਸ ਆਹ ਜਿਹਾ ਹਾ ਕਰ ਲਿਆ, ਮੂੜਾਂ ਨੇ ਖੜ ਲਿਆ, ਕੋਈ ਤੁਹਾਡੇ ਕੋਲ ਡਿਪਲੋਮਾ ਨਹੀਂ, ਕੋਈ ਕੰਮ ਨਹੀਂ ਕਰ ਸਕਦੇ। ਜਰਮਨੀ ਨੂੰ ਆਉਂਦੇ ਆ ਤੁਹਾਨੂੰ ਆਟਾ ਗੁੰਨਣਾ ਨਹੀਂ ਆਉਂਦਾ, ਹੈ ਤੁਹਾਨੂੰ ਦਾਲ ਬਣਾਉਣੀ ਆਉਂਦੀ, ਤੁਹਾਨੂੰ ਚਾਹ ਬਣਾਉਣੀ ਨਹੀਂ ਆਉਂਦੀ, ਆਟਾ ਇੱਦਾਂ ਗੁੰਨਦੇ ਜਿੱਦਾਂ ਪਹਿਲੀ ਵਾਰੀ ਆਉਂਦੇ, ਜਿੱਦਾਂ ਜਲੇਬੀਆਂ ਦਾ ਘੋਲੂ ਹੁੰਦਾ ਨਾ, ਇੱਦਾਂ ਗੁੱਝਦਾ ਆ, ਰੋਟੀਆਂ ਬਣਦੀਆਂ ਨਹੀਂ ਤੁਹਾਡੇ ਕੋਲ, 15-20 ਦਿਨ ਸਿੱਖਦੇ ਆ, ਫਿਰ ਟ੍ਰੇਨ ਕਰਨਾ, ਫਿਰ ਮਾੜੀਆਂ ਮੋਟੀਆਂ ਸ਼੍ਰੀਲੰਕਾ ਜਿੱਦਾਂ ਨਕਸ਼ਾ ਉੱਦਾਂ ਦੀਆਂ ਆਉਣੀਆਂ ਬਣਾਉਣੀਆਂ ਤੁਹਾਨੂੰ। ਨਾ ਤੁਸੀਂ ਕਿਸੇ ਬੰਦੇ ਦੀ ਹੈਲਪ ਕਰ ਸਕਦੇ ਹਾਂ। ਮੈਂ ਫਗਵਾੜੇ ਤੋਂ ਚੜਿਆ ਦਿੱਲੀ ਨੂੰ, ਬੱਸ ਦੀ ਟਿਕਟ ਲਈ ਦਿੱਲੀ ਦੀ, ਲੁਧਿਆਣੇ ਜਿਹੜਾ ਪੌਣ ਪੈਂਦਾ ਉੱਥੇ ਘੋੜੇ ਦਾ ਐਕਸੀਡੈਂਟ ਆ, ਖੱਚਰ ਆ, ਇੱਟਾਂ ਲੱਦੀਆਂ ਗਰੀਬ ਬੰਦੇ ਨੇ, ਉਹਦੀ ਕੋਈ ਹੈਲਪ ਨਹੀਂ ਕਰਾ। ਮੈਂ ਬੱਸ ਲੰਘੇ ਨਾ, ਮੈਂ ਉੱਤਰ ਕੇ ਗਿਆ ਉਹਦੇ ਕੋਲ, ਮੈਂ ਉਹਦੀ ਹੈਲਪ ਲੱਗਾ ਇਕੱਲਾ ਹੀ ਕਰਾਉਣ, ਮੇਰੇ ਕੋਲ ਪਾਣੀ ਦੀ ਬੋਤਲ, ਘੋੜਾ ਤਰਫੇ, ਮੈਂ ਪਾਣੀ ਉਹਨੂੰ ਪਿਲਾਇਆ ਵਿਚਾਰੇ ਨੂੰ, ਮਾੜਾ ਜਿਹਾ ਸਾਹ ਉਹਦੇ ਵਿੱਚ ਆਇਆ, ਅਤੇ ਡਰਾਈਵਰ ਕਹਿੰਦਾ ਭਾਜੀ ਮੈਂ ਤਾਂ ਚੱਲਿਆ, ਆ ਜਾਓ ਚੱਲੀਏ, ਮੈਂ ਕਿਹਾ ਮੈਂ ਨਹੀਂ ਜਾਣਾ, ਬਹਿ ਕੇ ਹੀ ਮੇਰੇ ਕੋਲ ਹੁੰਦਾ ਆ, ਮੈਂ ਕਿਹਾ ਮੈਂ ਇਹਦੀ ਹੈਲਪ ਕਰਕੇ ਜਾਣਾ, ਕਹਿੰਦਾ ਸਾਤੋਂ ਕੋਈ ਟਾਈਮ, ਮੈਂ ਕਿਹਾ ਲੈ ਜਾ ਬੱਸ ਕੋਈ ਗੱਲ ਨਹੀਂ, ਮੈਂ ਅਗਲੀ ਬੱਸ ਵਿੱਚ ਆ ਜਾਵਾਂ। ਮੈਂ 2 ਘੰਟੇ ਉਹ ਬੰਦੇ ਦੇ ਨਾਲ ਹੈ ਨਾ ਖੱਜਲ ਖੁਆਰ ਹੋ ਕੇ ਉਹਦੀ ਹੈਲਪ ਕੀਤੀ। ਉਹ ਬੰਦੇ ਨੂੰ ਪੁੱਛਿਆ ਮੈਂ ਕਿਹਾ ਕੋਈ ਪੁਲਿਸ ਪਲਾਸ ਨਹੀਂ ਗਈ ਆਉਂਦੀ ਹੁੰਦੀ, ਕਹਿੰਦਾ ਪੁਲਿਸ ਆਈ ਸੀਗੀ, ਉਹ ਕਹਿੰਦਾ ਤੇਰਾ ਜਿਹੜਾ ਰੇੜਾ ਆ ਸਾਡੇ ਜਲੰਧਰ ਏਰੀਏ 'ਚ ਪੈਂਦਾ, ਅਤੇ ਘੋੜਾ ਤੇਰਾ ਲੁਧਿਆਣੇ ਏਰੀਏ 'ਚ ਪੈਂਦਾ, ਦੱਸੋ ਇੱਦਾਂ ਦੇ ਬੰਦੇ ਆ, ਹੈ। ਫਿਰ ਮੈਂ ਉਹਨੂੰ 2,000 ਰੁਪਈਆ ਕੋਲੋਂ ਦਿੱਤਾ, ਮਾਤ ਕਰਾਈ, 3 ਘੰਟੇ ਲੇਟ ਹੋਇਆ, ਪਿਛਲੀ ਬੱਸ ਫੜੀ, ਬੱਸ ਜਾਣੀ ਕਿ ਇੱਦਾਂ ਬੱਸ ਉੱਤੇ ਲਿਖਿਆ ਤੂਫਾਨ ਮੇਲ, ਮੈਂ ਕਿਹਾ ਇਹਦੇ ਵਿੱਚ ਚੜ੍ਹ ਜਾਣੇ, ਬੜੀ ਤੂਫਾਨ ਵਾਂਗਰ ਜਾਣੀ ਆ, ਅਤੇ ਭਾਈ ਆ ਬੱਸ ਚਲਾਵੇ, ਹੌਲੀ ਹੌਲੀ ਚਲਾਵੇ ਬੱਸ, ਮੈਂ ਕੰਡਕਟਰ ਕਿਹਾ ਬੱਸ ਬਹੁਤ ਹੌਲੀ ਚਲਾਉਣਾ, ਕੀ ਚੱਕਰ ਵਾ, ਉਹ ਕਹਿੰਦਾ ਪੁੱਛ ਲੈਣਾ, ਉਹ ਪੁੱਛਣ ਗਿਆ, ਉਹ ਭਾਈ ਆ ਕਹਿੰਦਾ ਮੈਂ ਤੇਜ਼ ਤੂਜ ਨਹੀਂ ਚਲਾ ਸਕਦਾ, ਜੇ ਤੇਜ਼ ਚਲਾਉਣਾ ਤਾਂ ਮੈਨੂੰ ਪਹਿਲਾਂ ਪੈਗ ਪੁੱਗ ਪੜਾ ਦੇ, ਜਿਹੜੀ ਸਵਾਰੀ ਨੂੰ ਕਾਹਲੀ ਆ। ਮੈਂ ਉਹਨੂੰ 200 ਰੁਪਈਆ ਦਿੱਤਾ ਕੰਡਕਟਰ, ਅੱਗੇ ਜਾ ਕੇ ਠੇਕੇ ਤੋਂ ਉਹਨਾਂ ਨੇ ਬੋਤਲ ਲਈ, ਡਰਾਈਵਰ ਨੇ ਪੀਤੀ ਬੋਤਲ, ਲੀਟਰ ਜਿਹਾ ਕੋਲ ਪਿਆ ਹੁੰਦਾ ਪਾਣੀ ਦਾ, ਉੱਥੋਂ ਪੀਤਾ, ਮੁੱਛਾਂ ਨੂੰ ਵੱਟ ਦਿੱਤਾ, ਮੱਗਾ ਜਿਹਾ ਮਾਰਿਆ, ਚੰਗੀ ਜਾਣ ਕੇ ਬੱਸ ਤੇਜ਼ ਚਲਾਈ, ਤਸੱਲੀਆਂ ਕਰਾ ਦਿੱਤੀਆਂ ਫੜ ਕੇ। ਉਹਦਾ ਕੰਡਕਟਰ ਉਹ ਵਿਚਾਰਾ ਪਿੱਛੇ ਲੈਟ ਗਿਆ, ਅੱਧੀ ਬੋਤਲ ਪੀ ਕੇ, ਹਰਿਆਣੇ ਦਾ ਸੀਗਾ ਉਹ ਡਰਾਈਵਰ, ਪੰਜਾਬੀ ਸੀ, ਉਹਨੂੰ ਕੋਈ ਸੁਰਤ ਹੀ ਨਹੀਂ, ਨਾ ਝੋਲੇ ਦਾ ਪਤਾ ਪੈ ਕਿੱਥੇ ਆ, ਟਿਕਟਾਂ ਦਾ ਕੋਈ ਪਤਾ ਨਹੀਂ, ਉਹਦਾ ਮੈਂ ਚੱਕ ਕੇ ਡਰਾਈਵਰ ਨੂੰ ਦਿੱਤਾ, ਸਵਾਰੀਆਂ ਤਾਰਨ ਦਾ ਨਹੀਂ ਪਤਾ ਕਿਹੜੀ ਕਿੱਥੇ ਤਾਂ ਨਹੀਂ ਕਿਹੜੀ ਨਹੀਂ, ਸਵਾਰੀਆਂ ਰੌਲੀ ਪਾਉਣ ਤਾਂ ਫਿਰ ਉਹ ਬੱਸ ਦੀ ਬ੍ਰੇਕ ਮਾਰ ਦਿਆ ਕਰੇ, ਨਹੀਂ ਤਾਂ
ਪੱਗਾਂ ਬੰਨ ਕੇ ਰਿਸ਼ਵਤ ਨਾ ਲਵੋ, ਪੱਗਾਂ ਬੰਨ ਕੇ ਰਿਸ਼ਵਤ ਨਾ ਲਵੋ, ਚੰਗਾ ਨਹੀਂ ਕੰਮ। ਸਾਡੇ ਗੁਰੂ ਜੀ ਕਹਿੰਦੇ ਸੀ ਪੱਗ ਬੰਨ ਕੇ ਰਿਸ਼ਵਤ ਲਿਓ, ਤੁਸੀਂ ਤੁਸੀਂ ਰਿਸ਼ਵਤਾਂ ਲੈ ਰਹੇ ਆ, ਬੰਦਿਆਂ ਤੋਂ ਗਰੀਬਾਂ ਦਾ ਲਹੂ ਪੀ ਰਹੇ ਆ। ਠੀਕ ਹੈ ਜੀ, ਮੈਨੂੰ ਚੰਡੀਗੜ੍ਹੋਂ ਬਹੁਤ ਅਮੀਰ ਬੰਦਾ ਉਹਨੇ ਟੈਲੀਫੋਨ ਕਰਕੇ ਦੱਸਿਆ, ਸ਼੍ਰੀ ਅਰੋੜਾ ਸਾਹਿਬ DGP ਦਾ ਬਹੁਤ ਹਾਲਾਤ ਸੁਧਾਰ ਰਹੇ ਨੇ, ਬਹੁਤ ਚੰਗੇ ਬੰਦੇ ਨੇ, ਪਰ ਜਿਹੜੇ ਦੇਸ਼ ਦੀ ਪੁਲਿਸ ਮਾੜੀ ਹੋਵੇ ਦੇਸ਼ ਤਰੱਕੀ ਨਹੀਂ ਕਰ ਸਕਦਾ। ਪੁਲਿਸ ਦੇ ਸਿਰ ਦੇ ਉੱਤੇ ਦੇਸ਼ ਹੁੰਦਾ, ਜਦੋਂ ਪੁਲਿਸ ਹੀ ਰਿਸ਼ਵਤ ਲੈ ਰਹੀ ਆ, ਮਹੀਨਾ ਲੈ ਰਹੀ ਆ, ਤਾਂ ਫਿਰ ਤਾਂ ਕੋਈ ਗੱਲ ਹੀ ਨਹੀਂ ਬਣਨੀ। ਹੈਂ, ਆ ਜੋ ਤੁਸੀਂ ਮੁਰਗੀ ਚੋਰ, ਜੋ ਤੁਸੀਂ ਮਾੜਾ ਜਿਹਾ ਸਮੈਕ ਹੀ ਆ, ਉਹਨਾਂ ਦੇ ਚੱਕ ਕੇ ਕੇਸ ਪਾ ਦਿੰਦੇ ਆ, ਅਸਲੀ ਤੁਹਾਡੇ ਕੋਲ ਫੜੇ ਨਹੀਂ ਜਾਂਦੇ, ਉਹ ਬਾਹਰ ਫਿਰਦੇ ਆ ਕਿਉਂਕਿ ਉਹ ਪੈਸੇ ਦੇ ਦਿੰਦੇ ਆ। ਹੈਂ, ਆਹ ਕੰਮ ਆ, ਜਿੰਨੇ ਵੀ ਆਫਿਸਰ ਨੇ ਸਵੇਰ ਨੂੰ ਲਾਹਣ ਪੀ ਕੇ ਤੁਸੀਂ ਡਿਊਟੀ ਦੇ ਉੱਤੇ ਆਉਂਦੇ ਆ, ਲਾਹਣ ਪੀਤੀ ਹੁੰਦੀ ਆ, ਹਰ ਮੁਲਾਜ਼ਮ ਨੇ ਮੈਂ ਚੈੱਕ ਕਰਾ ਦੂੰਗਾ ਤੁਹਾਨੂੰ, ਜਿੱਥੇ ਜਿੱਥੇ ਮਰਜ਼ੀ ਛਾਪੇ ਮਾਰ ਲਿਓ, ਮੈਨੂੰ ਪਤਾ ਆ, ਮੈਂ ਤੁਹਾਨੂੰ ਦੱਸ ਦੂੰਗਾ। ਸ਼ਰਾਬ ਦਾ ਮੁਸ਼ਕ ਆਉਂਦਾ ਹੁੰਦਾ ਤੁਹਾਡੇ ਕੋਲ ਸਵੇਰ ਤੱਕ ਵੀ। ਬਾਕੀ ਇੱਦਾਂ ਵੀ ਰਿਸ਼ਵਤ ਜਿੰਨੀ ਮਰਜ਼ੀ ਲੈ ਲਓ, ਕਿੰਨੀ ਕੁ ਲੈ ਲਓਗੇ, 40 ਲੱਖ 30 ਲੱਖ ਰੁਪਈਆ ਲੈ ਲਓਗੇ, ਆਪਣੀ ਤੁਸੀਂ ਲੜਕੀ ਦਾ ਵਿਆਹ ਕਰਨਾ ਜਾਂ ਮੁੰਡੇ ਦਾ ਵਿਆਹ ਕਰਨਾ, ਉਹ ਨਿਕਲ ਜਾਣੀ ਆ, ਠੀਕ ਹੈ ਨਾ, ਉਹ ਨਿਕਲ ਜਾਂਦੀ ਹੁੰਦੀ ਆ, ਜਾਂ ਤਲਾਕ ਹੋ ਗਿਆ, ਜਾਂ ਕੋਈ ਪ੍ਰੋਬਲਮ ਪੈ ਗਈ ਆ, ਠੀਕ ਹੈ, ਉਹ ਨਿਕਲ ਜਾਂਦੀ ਹੁੰਦੀ ਆ। ਚਲੋ ਜੀ, ਮੇਰੀ ਵੀਡੀਓ ਲੰਮੀ ਹੋ ਗਿਆ, ਥੈਂਕ ਯੂ ਕਰਦਾ, ਤਹਿ ਦਿਲੋਂ ਧੰਨਵਾਦ ਕਰਦਾ। ਮੈਂ ਇੱਕ ਜੀ ਗੱਲ ਹਰ ਵੀਡੀਓ ਵਿੱਚ ਕਹਿਣੀ ਭੁੱਲ ਜਾਂਦਾ, ਇਹ ਸੱਚ ਗੱਲ ਹੈ, ਯਕੀਨ ਕਰਿਓ, ਮੈਂ ਆਹ ਹੀ ਵੀਡੀਓ ਪਾਉਣਾ ਸੀ। ਮੈਂ ਪਿਛਲੇ 6 ਮਹੀਨੇ ਹੋ ਗਿਆ ਲੈਟਰੀ ਪਾਉਣ ਗਿਆ ਸੀ, 3 ਟਿਕਟਾਂ ਦੇ ਦਿੱਤੀਆਂ ਸੀਗੀਆਂ ਉਹਨੂੰ, 3 ਮੇਰੇ ਕੋਲ ਪਈਆਂ ਸੀਗੀਆਂ, ਦਿੱਤੀਆਂ ਮੈਂ 6 ਉਹਨੂੰ, ਮੈਂ 3 ਵਾਪਸ ਕਰਾ ਲਈਆਂ, ਮੈਂ ਕਿਹਾ ਮੈਂ 3 ਹੀ ਪਾਉਣੀਆਂ ਆ, ਠੀਕ ਹੈ ਕਿ ਨਹੀਂ, 6 ਨਹੀਂ ਪਾਉਣੀਆਂ। ਜਿਹੜੀਆਂ ਮੈਂ 3 ਵਾਪਸ ਕਰਾਈਆਂ ਸੀ, ਉਹਦੇ ਵਿੱਚੋਂ ਮੇਰੀ ਲੈਟਰੀ ਨਿਕਲੀ ਸੀਗੀ, 644 ਕਰੋੜ ਰੁਪਈਏ ਦੀ ਨਿਕਲੀ ਸੀਗੀ ਲੈਟਰੀ, ਪਰ ਮੈਂ ਪਾਈ ਨਹੀਂ ਸੀਗੀ, ਕੀ ਕਰ ਸਕਦਾ, ਕੋਈ ਗੱਲ ਨਹੀਂ, ਠੀਕ ਹੈ, ਨਹੀਂ ਨਿਕਲੀ ਨਾ, ਅਸੀਂ ਕਈਆਂ ਤਾਂ ਹਾਰਟ ਅਟੈਕ ਹੋ ਜਾਣਾ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਨਹੀਂ ਨਿਕਲੀ ਨਾ ਨਿਕਲੇ, ਆਪਾਂ $40-50 ਬਣਾਏ, ਇਹਦੇ ਵਿੱਚ ਖੁਸ਼ ਹਾਂ, ਬਾਕੀ ਜਿਹੜੇ ਪੈਸੇ ਮਿਲਦੇ ਮੈਂ ਇੰਡੀਆ ਨਿਆਣਿਆਂ ਦੀ ਹੈਲਪ ਕਰ ਲੈਣਾ। ਇਸੇ ਵੀਡੀਓ ਵਿੱਚ ਮੈਂ 2 ਭੈਣਾਂ ਦੇ ਨਿਆਣੇ ਅਡੋਪਟ ਕਰ ਲਿਆ, ਉਹਨਾਂ ਨੂੰ ਪੈਸੇ 5,000 ਰੁਪਈਆ ਤਾਂ ਮਹੀਨੇ ਦਾ ਭੇਜਣਾ ਆ, ਦੋ ਉਹਨਾਂ ਦੇ ਆਦਮੀ ਨਸ਼ੈੜੀ ਸੀਗੇ, ਛੱਡ ਕੇ ਚਲੇ ਗਏ, ਵਿਚਾਰੀਆਂ ਰੋਂਦੀਆਂ ਸੀ, ਰੋਜ਼ ਦੇਖਿਆ ਨਹੀਂ ਗਿਆ ਵੀਡੀਓ ਦੇ ਉੱਤੇ, ਮੇਰੇ ਕੋਲ ਟੈਲੀਫੋਨ ਆ, ਸਾਰਾ ਕੰਟੈਕਟ ਮੇਰੇ ਕੋਲ ਹੈਗਾ ਆ, ਮੈਂ ਕਿਹਾ ਪਹਿਲਾਂ ਫੋਨ ਨਹੀਂ ਕਰਨਾ, 1 ਤਰੀਕ ਨੂੰ ਮੈਸੇਜ ਕਰ ਦਿਆ ਕਰੋ ਅਤੇ ਆਪਣੇ ਬੈਸਟ ਜੂਨੀਅਰ ਵਿੱਚੋਂ ਪੈਸੇ ਲੈ ਲਿਆ ਕਰੋ, ਠੀਕ ਹੈ ਜੀ, ਅਤੇ ਮੈਂ ਇੱਥੇ ਦਾ ਕੰਮ ਕਰ ਸਕਦਾ, ਅਤੇ ਆ ਪੰਜਾਬ ਦੇ ਹਾਲਾਤ ਸਹੀ ਕਰਨੇ ਮੇਰੇ ਲਈ ਨੋਰਮਲ ਕੰਮ ਆ। ਵੀਡੀਓ ਲੰਮੀ ਹੋ ਗਈ, ਅਗਲੀ ਵੀਡੀਓ ਪਾਊਂਗਾ, ਥੈਂਕ ਯੂ, ਤਹਿ ਦਿਲੋਂ ਧੰਨਵਾਦ ਕਰਦਾ ਜੀ।